ਕਾਟੇ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਜਿਹੜੇ ਮੰਗ ਪੱਤਰ ਦੇਣ ਦੀ ਪਹੁੰਚੇ ਗਏ ਜੀ? ਡਾਕਟਰ ਰਵਨੀਤ ਬਿੱਟੂ ਨੇ ਜਿਹੜੇ ਸੰਵਿਧਾਨ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਉਹਨਾਂ ਦੇ ਰੂਹ ਉਹਨਾਂ ਦੇ ਵਿੱਚ ਰੂਹ ਉਹਦੇ ਦਾਦੇ ਦੀ ਆ ਗਈ ਬੇਅੰਤ ਸਿੰਘ ਦੀ ਜਿਨ੍ਹਾਂ ਨੇ ਹਮੇਸ਼ਾ ਹੀ ਪੰਥ ਦੇ ਖਿਲਾਫ ਕੀਤਾ। ਰਵਨੀਤ ਬਿੱਟੂ ਨੇ ਜਿਹੜੇ ਸੰਵਿਧਾਨ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਉਹਨਾਂ ਦੇ ਰੂਹ ਉਹਨਾਂ ਦੇ ਵਿੱਚ ਰੂਹ ਉਹਦੇ ਦਾਦੇ ਦੀ ਆ ਗਈ ਬੇਅੰਤ ਸਿੰਘ ਦੀ ਜਿਨ੍ਹਾਂ ਨੇ ਹਮੇਸ਼ਾ ਹੀ ਪੰਥ ਦੇ ਖਿਲਾਫ ਕੀਤਾ। ਅੱਜ ਅਸੀਂ ਮੈਮੋਰੈਂਡਮ ਦੇਣ ਵਾਸਤੇ ਆਏ ਹਾਂ। ਉੱਥੇ ਹੀ ਉਹ 5 ਸਾਲ ਲਗਾਤਾਰ ਜਾਂਦਾ ਰਿਹਾ ਬਤੌਰ MP, ਉਹਨੂੰ ਉਸ ਧਰਤੀ ਦਾ ਇਤਿਹਾਸ ਨਹੀਂ ਪਤਾ। ਇਸ ਕਰਕੇ ਸੀਰੀਅਸ ਕ੍ਰਾਈਮ ਹੈ, ST Act ਦੇ ਅੰਡਰ ਵੀ ਪਰਚਾ ਦਰਜ ਹੋਣਾ ਚਾਹੀਦਾ, ਸਿੱਖਾਂ ਦੀਆਂ ਭਾਵਨਾਵਾਂ ਦਰਜ ਕਰਨ ਦੇ ਵੀ ਔਰ ਤੁਰੰਤ ਹੋਣਾ ਚਾਹੀਦਾ, ਇਹ 'ਚ ਕੋਈ ਇਨਕੁਆਇਰੀ ਦੀ ਲੋੜ ਨਹੀਂ ਹੈ। ਪੰਜਾਬ ਦੇ ਵਿੱਚ ਰਿਜ਼ਲਟ ਸਰਕਾਰ ਬਣਾਊਗੀ, BSP ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਬਹੁਤ ਸੰਮਤੀ ਨਾਲ ਚੰਦ ਸੀ। 1996 ਤੋਂ ਬਾਅਦ ਹੁਣ ਦੇਖਿਓ ਉਹੀ ਹਾਲ ਹੋਇਆ। ਸਭ ਤੋਂ ਵੱਧ ਕਾਂਗਰਸ ਘਬਰਾਈ, ਉਹ ਤੋਂ ਵੱਧ ਜਿਹੜੀ ਆ ਉਹ ਦੂਜੀ ਜਿਹੜੀ ਆਮ ਪਾਰਟੀ ਉਹ ਘਬਰਾਈ ਆ। ਇਸ ਕਰਕੇ ਇਹ ਜਿਹੜਾ ਪੜ੍ਹ ਦੇਣਗੇ 2022 ਦੇ ਵਿੱਚ ਇਤਿਹਾਸਿਕ ਜਿਹੜੀ ਜਿੱਤ ਜਿਹੜੀ ਆ ਪਾਰਟੀ ਦੋਨਾਂ ਦੀ ਜਿਹੜੀ ਹੋਏਗੀ। ਤੋ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੇ ਵੱਲੋਂ ਜਿਹੜਾ ਅੱਜ ਦੇਖੋ ਜਿਹੜੇ CP ਆਫਿਸ ਦੇ ਵਿੱਚ ਮੰਗ ਪੱਤਰ ਵੀ ਦਿੱਤਾ ਗਿਆ ਔਰ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਲਗਾਤਾਰ, ਕਿਉਂਕਿ ਰਵਨੀਤ ਸਿੰਘ ਬਿੱਟੂ ਨੇ ਜਿਹੜਾ ਆ ਅਪਮਾਨਜਨਕ ਜਿਹੜੇ ਆ ਸ਼ਬਦ ਵਰਤੇ ਸੀਗੇ। ਸ਼੍ਰੋਮਣੀ ਅਕਾਲੀ ਦਲ ਦੇ ਬਸਪਾ ਦਾ ਜਿਹੜਾ ਗੱਠਜੋੜ ਹੋਇਆ ਉਸ ਤੋਂ ਬਾਅਦ, ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਅਸੀਂ। ਗਬੜੀ ਸਾਹਿਬ ਸਾਡੇ ਨਾਲ ਮੌਜੂਦ ਨੇ, ਗਬੜੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਜਿਹੜੇ ਮੰਗ ਪੱਤਰ ਦੇਣ ਦੀ ਪਹੁੰਚ ਗਏ ਜੀ? ਦੋਸਤੋ ਰਵਨੀਤ ਬਿੱਟੂ ਨੇ ਜਿਹੜੇ ਸੰਵਿਧਾਨ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਉਹਨਾਂ ਦੇ ਰੂਹ ਉਹਨਾਂ ਦੇ ਵਿੱਚ ਰੂਹ ਉਹਦੇ ਦਾਦੇ ਦੀ ਆ ਗਈ ਬੇਅੰਤ ਸਿੰਘ ਦੀ ਜਿਨ੍ਹਾਂ ਨੇ ਹਮੇਸ਼ਾ ਹੀ ਪੰਥ ਦੇ ਖਿਲਾਫ ਕੀਤਾ। ਅੱਜ ਅਸੀਂ ਮੈਮੋਰੈਂਡਮ ਦੇਣ ਵਾਸਤੇ ਆਏ ਹਾਂ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਧਰਤੀ ਆ ਪਵਿੱਤਰ ਸੀ, ਅਪਵਿੱਤਰ ਕਰਤੀ ਆ। ਇਹਨਾਂ ਨੇ 2 ਸੀਟਾਂ ਜਿਹੜੀਆਂ ਦਿੱਤੀਆਂ ਨੇ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀ BSP ਨੂੰ, ਜਦਕਿ ਉਹਨਾਂ ਕੌਮਾਂ ਦਾ ਬਹੁਤ ਵੱਡਾ ਯੋਗਦਾਨ ਆ ਸਿੱਖ ਸਿਧਾਂਤ ਦੇ ਵਿੱਚ, ਚਾਹੇ ਅੰਗਰੇਟੇ ਗੁਰੂ ਕੇ ਬੇਟੇ ਸੀਸ ਲੈ ਕੇ ਆਏ ਸੀ, ਚਾਹੇ ਬਾਬਾ ਸੰਗਤ ਸਿੰਘ ਜਿਹਨਾਂ ਕੋੜਾ ਦੇ ਕੇ ਆਏ ਸੀ, ਕਲਗੀ ਦੇ ਕੇ ਆਏ ਸੀ, ਅਤੇ ਉਹ ਇਸ ਕਰਕੇ ਉਹ ਧਰਤੀ ਜਿਹੜੀ ਆ ਪਵਿੱਤਰ ਨੂੰ ਅਪਵਿੱਤਰ ਕਰਤਾ ਕਹਿੰਦੇ ਇਹਨੇ, ਇਸ ਕਰਕੇ ਲੋਕਾਂ ਦੇ ਰੋਹ ਆ। ਰਵਨੀਤ ਸਿੰਘ ਬਿੱਟੂ ਕਹਿ ਰਹੇ ਸੀਗੇ ਵੀ ਉਹਨੇ ਬਿਆਨ ਨੂੰ ਜਿਹੜਾ ਤੋੜ ਮੋੜ ਕੇ ਪੇਸ਼ ਕੀਤਾ ਗਿਆ? ਨਹੀਂ, ਉਹ ਤਾਂ ਬੋਲ ਰਿਹਾ ਸਿੱਧਾ TV ਦੇ ਵਿੱਚ, ਉਹ ਤਾਂ ਇਹ ਤਾਂ ਨਹੀਂ ਵੀ ਪ੍ਰੈਸ ਨੂੰ ਕਿਹਾ ਸੀ ਲਿਖਾਇਆ ਸੀ ਅਤੇ ਉਹਨਾਂ ਗਲਤ ਲਿਖਤਾ, ਉਹ ਤਾਂ ਬੋਲ ਰਿਹਾ ਸਿੱਧਾ। ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਜਿਹੜਾ ਗੱਠਜੋੜ ਹੋ ਰਿਹਾ, ਇਸ ਤੋਂ ਬਾਅਦ ਕਿੱਦਾਂ ਦੇ ਜਿਹੜੇ ਆ ਨਤੀਜੇ ਸਾਹਮਣੇ ਆਉਣਗੇ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਰਿਜ਼ਲਟ ਸਰਕਾਰ ਬਣਾਊਗੀ, BSP ਅਤੇ ਸ਼੍ਰੋਮਣੀ ਅਕਾਲੀ ਦਲ ਬਹੁਤ ਬਹੁਤ ਸੰਮਤੀ ਨਾਲ ਚੰਦ ਸੀ। 1996 ਤੋਂ ਬਾਅਦ ਹੁਣ ਦੇਖਿਓ ਉਹੀ ਹਾਲ ਹੋਇਆ। ਸੋ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਇਤਿਹਾਸ ਜਿਹੜਾ ਦੁਬਾਰਾ ਦੁਹਰਾਇਆ ਜਾਊਗਾ, 1996 ਤੋਂ ਬਾਅਦ ਦੁਬਾਰਾ ਤੋਂ ਜਿਹੜਾ ਗੱਠਜੋੜ ਹੋਇਆ ਵਾ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ CP ਆਫਿਸ ਲੁਧਿਆਣਾ ਦੇ ਬਾਹਰ ਦੀਆਂ, ਜਿੱਥੇ ਬਸਪਾ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈ ਜਿਸ ਇੱਥੇ ਪਹੁੰਚੇ ਨੇ। ਅਸੀਂ ਅੱਜ ਮੰਗ ਕੀਤੀ ਹੈ ਕਿ ਮਹਿੰਦ ਸਾਹਿਬ ਦੋਨਾਂ ਪਾਰਟੀਆਂ ਨੇ ਆਪਣੇ ਬਹੁਜਨ ਸਮਾਜ ਪਾਰਟੀ ਦੇ ਲੀਡਰ ਸਾਹਿਬਾਨ ਆਏ, ਸ਼੍ਰੋਮਣੀ ਅਕਾਲੀ ਦਲ ਦੇ ਵੀ ਆਏ ਨੇ, ਕਿ ਜੇ ਇਹਨਾਂ ਨੂੰ ਬਣਦੀ ਕਾਰਵਾਈ ਜਿਹੜੀ ਕਾਨੂੰਨੀ ਹੈ ਕਿਤੇ ਪਰਚਾ ਕਰਕੇ ਅੰਦਰ ਕਰੋ, ਔਰ ਦੂਸਰਾ ਜਿਹੜਾ ਕਿ ਸੋਨੀਆ ਗਾਂਧੀ ਜੀ ਜਾਂ ਰਾਹੁਲ ਜੀ ਜਾਂ ਉਹਨਾਂ ਦੇ ਸੀਨੀਅਰ ਲੀਡਰਸ਼ਿਪ ਉਹ ਪਾਰਟੀ ਦੇ ਵਿੱਚੋਂ ਬਣਦੀ ਅਨੁਸ਼ਾਸਨੀ ਕਾਰਵਾਈ ਕਰਨ, ਕਿਉਂਕਿ ਇਹਨਾਂ ਨੇ ਬਹੁਤ ਵੱਡੀ ਸੱਟ ਜਿਹੜੀ ਆ ਉਹ ਸਿੱਖ ਸਮਾਜ 'ਤੇ ਅਤੇ ਦਲਿਤ ਵਰਗ 'ਤੇ ਜਿਹੜੀ ਮਾਰੀ ਆ। ਔਰ ਜਿਹੜੇ ਧਰਮਾਂ ਜਿਹੜੇ ਦੋਨਾਂ ਸਥਾਨਾਂ ਦੀ ਗੱਲ ਕਰਦੇ ਪਵਿੱਤਰ ਦੀ, ਉੱਥੇ ਇਸ ਵੇਲੇ ਇਹਨਾਂ ਦਾ ਉੱਥੇ ਮੰਤਰੀ ਆ ਪਿੱਛੇ ਭਾਈਚਾਰੇ 'ਚੋਂ, ਇਹਨੂੰ ਇਹ ਨਹੀਂ ਪਤਾ ਵੀ ਉਹ ਰਿਜ਼ਰਵ ਸੀਟ ਆ ਜਿਹੜੀ ਆਪਣਾ ਚਮਕੌਰ ਸਾਹਿਬ ਵਾਲੀ, ਹਰ ਵਾਰੀ ਉੱਥੋਂ ਇਹ ਲੋਕ ਬਣਦੇ, ਅਤੇ ਅੱਜ ਜੇ ਕੋਈ ਬਹੁਜਨ ਵਾਲਾ ਵੀ ਉੱਥੋਂ ਲੜਦਾ ਜਾਂ ਹੋਰ ਉਹ ਤਾਂ ਅਪਵਿੱਤਰ ਹੋ ਗਿਆ, ਅਤੇ ਜਿਹੜੇ ਪਹਿਲਾਂ ਉੱਥੇ ਜਿਹੜੇ ਇਸੇ ਭਾਈਚਾਰੇ ਦੇ ਵਿੱਚੋਂ ਵੀ ਪਤਾ ਪਤਾ ਜਾਣ ਬੁੱਝ ਕੇ ਇਹਨਾਂ ਨੇ ਬਹੁਤ ਵੱਡੀ ਜਿਹੜੀ ਸੱਟਬਾਜੀ, ਪੰਜਾਬ ਦੇ ਵਿੱਚ ਬਹੁਤ ਵੱਡਾ ਗਰੀਬ ਭਾਈਚਾਰੇ 'ਚ ਸਿੱਖ ਭਾਈਚਾਰੇ 'ਚ ਰੋਸ ਆ ਕਿ ਇਹਦੇ ਖਿਲਾਫ਼ ਜਿਹੜੀ ਅੱਜ ਕਮੇਟੀ ਸਾਹਿਬ ਨੇ ਕਿਹਾ ਵੀ ਕਾਰਵਾਈ ਕਰੋ, ਔਰ ਤਾਂ ਜੋ ਪੰਜਾਬ ਦੇ ਲੋਕ ਜਿਹੜੇ ਸ਼ਾਂਤ ਹੋ ਗਏ, ਉਹਨਾਂ ਨੂੰ ਪਤਾ ਲੱਗੇ ਵੀ ਸਾਨੂੰ ਕੁਝ ਸਾਫ ਜਿਹੜਾ ਅੱਜ ਦੀ ਸਰਕਾਰ ਜਿਹੜੀ ਦੇ ਸਕਦੀ ਹੈ ਉਹ ਦੇਵੇ। ਇਸ ਲਈ ਅੱਜ ਸਾਰਾ ਡਿਪਟੀ ਸਿੰਘ ਜਿਹੜਾ ਉੱਥੇ ਧੱਕਾ ਨਹੀਂ ਲੱਗਿਆ ਹੈਗਾ ਜਿਹੜਾ ਇਹਨਾਂ ਨੂੰ ਗੱਠਜੋੜ ਹੋਇਆ ਉਹ ਤੋਂ ਕਿਤੇ ਇਹਨਾਂ ਤੋਂ? ਮੈਂ ਇਹ ਵੀ ਸਮਝਦਾ, ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਪਹਿਲੀ ਵਾਰੀ ਹੋਇਆ ਕਿ ਜਦੋਂ ਪਾਰਟੀਆਂ ਸਾਰੀਆਂ ਹੀ ਸਮਝੌਤੇ ਕਰਦੀਆਂ ਇੱਕ ਦੂਜੇ, ਔਰ ਜਦੋਂ ਤੁਹਾਨੂੰ ਯਾਦ ਹੋਣਾ ਇਹਨਾਂ ਦੀ ਸੈਂਟਰ ਸਰਕਾਰ ਸਰਦਾਰ ਮਨਮੋਹਨ ਸਿੰਘ ਦੀ ਗਵਾਹੀ ਥੱਲੇ ਬਣੀ, 22-23 ਪਾਰਟੀਆਂ ਸੀ ਜਿਹੜੀਆਂ ਸਾਂਝੀ ਮਤਲਬ ਕਰਕੇ ਅਤੇ ਉਹਨਾਂ ਨੇ ਸਰਕਾਰ ਚਲਾਈ। ਅੱਜ ਦੋਨਾਂ ਪਾਰਟੀਆਂ ਦਾ ਇਕੱਠ ਵੇਖ ਕੇ ਇੰਨਾ ਘਬਰਾ ਗਈਆਂ ਮੇਰਾ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਆ ਵੀ ਇਹ ਇਸ ਤਰ੍ਹਾਂ ਹੋਇਆ, ਨਹੀਂ ਤਾਂ ਕਦੀ ਵੀ ਨਹੀਂ ਇਸ ਤਰ੍ਹਾਂ ਹੁੰਦਾ ਵੀ ਪਾਰਟੀ ਨਾਲੇ ਨੂੰ ਪੁੱਛ ਕੇ ਥੋੜ੍ਹਾ ਸਮਝੌਤਾ ਕਰਨਾ ਸੀ ਬਿੱਟੂ ਨੂੰ ਆਪਣੀ ਪਾਰਟੀ ਦੇ,
अपनी पार्टी इन्ना खिलारा पिया तो देखा रोज नवे तो नवे जो चढ़ रहे तो सानू अगल दिन गलत दस रहे जी इन्हों इस तरह करना चाहिए इन्होंने समझौता नहीं करना चाहिए जी इस करके इन्ना घबरा गए सब तो वह कांग्रेस घबराई उस तो वह जी दूजी जी आम पार्टी वो घबराई है इस करके जड़ा पढ़ देंगे 2022 के इतिहासिक जी जित जी पार्टी दोनों की जी होगी इन्हों करके ज़्यादा इन्हों पाला छुजन डा भी ये अं इतना बयान दे करिए कभी सवाल ही नहीं पैदा होता अकाली दल का तुम्हें पता भी अकाली दल हमेशा ही पंजाब की पार्टी पंजाबियों की पार्टी है और पंजाब की गल पहल करेगी पंजाबियों की गल पहली ना अकाली दल ने कभी ये सोचा भी नहीं ना कभी कभी होगा ये दोनों पार्टियां का जो समझौता इतिहासिक समझौता ये रहेगा और जित भी प्राप्त 2022 बहुत तगड़ी करेगी सो समुची लीडरशिप जी है कि 5 साल आनंदपुर साहब का एम पी रहा और उस पवित्र धरती जिथे खालसा पंथ की साजना करके जात पात खत्म की गई सी ऊच नीच खत्म की गई सी छुआछात खत्म की गई सी उत्थे दा 5 साल रहा एम पी जो बहुजन समाज पार्टी को टिकट श्री आनंदपुर साहब तो श्री चमकौर साहब की दी गई तो यह कमेंट कर रहा कि ये पवित्र सीटा ने इन्हों क्यों देतिया कह मतलब कि उन्हें सारे दलित समाज को अपवित्र किया और ये इंटेंशनल सोनिया गांधी को खुश करने वास्ते किया गया राहुल गांधी को खुश करने वास्ते किया गया अमरिंदर सिंह होरां नू खुश करने वास्ते किया क्योंकि किदां हो सकता कि उही उहदे हल्के विधानसभा दे रहे ने उत्थे ही वो 5 साल लगातार जांदा रहा बतौर एम पी उन्हें उस धरती का इतिहास नहीं पता इस करके सीरीयस क्राइम है SC ST एक्ट के अंडर भी परचा दर्ज होना चाहिए सिखा दी भावनावान दर्ज करने भी और तुरंत होना चाहिए इस कोई इनकुआरी की लड़ नहीं है क्योंकि सारा कुछ रिकॉर्डेड है वर्षन का उन्होंने इमीजिएटली जी केस दर्ज करके अरैसट करना चाहिए अच्छी गल है वेलकम करते हैं पर इन्हों भी चाहिए कि जी पुलिस भी केस दर्ज करके उसे कार्रवाई करें सो हरपाल सिंह चीमा जी के वालों भी जोड़ा आ CP ऑफिस पहुँच गए नाल समुची लीडरशिप पहुँच के श्रोमणी अकाली दल और बसपा के जोड़े आज मंग पत्र दिता गया कि जो सुरणी सिंह बिट्टू के वालों जोड़े आ शड्यूल कास्ट कम्यूनिटी और शड्यूल ट्राइब्स कम्यूनिटी के लिए जो शब्द वरते गए तो उसको देखते हैं जोड़ा उन्होंने कार्रवाई जरूर करनी चाहिए इस दादाजी रवनीत सिंह बिट्टू उत्ते कार्रवाई हुई भी है इस कमिशन के वालों जो उन्होंने उत्ते जो परचा भी दर्ज किया गया इस हम देखना बनता है कि अगर होर की कार्रवाई की जाती है जो श्रोमणी अकाली दल और बसपा के वालों जो मंग पत्र दिता गया कमिश्नर ऑफ पुलिस लुधियाना वालों सुबह अपडेट्स जुड़े लुधियाना टाइम्स नाल कैमरामैन हरी दिनाग गुरदीप सिंह लंबे लुधियाना।